ਸਭੰਤੀ ਮੈਂ ਇੱਕ ਰੀਸੈਂਟ ਡਵੈਲਪਮੈਂਟ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਕਿ ਕੈਨੇਡਾ ਦੇ ਵਿੱਚ ਬਰਨਵੀ ਮਿਊਜ਼ੀਅਮ ਦੇ ਵਿੱਚ ਇੱਕ ਐਗਜ਼ੀਬਿਸ਼ਨ ਪਿਛਲੇ ਦਿਨੀ ਲੱਗੀ ਹੈ ਉਹ ਲੱਗੀ ਹੈ ਕਾਸਟ ਤੇ ਕੁਐਸਚਨ ਤੇ ਓਵਰਕਾਸਟ ਉਹ ਫੰਡਡ ਹੈ ਫੈਡਰਲ ਗਵਰਨਮੈਂਟ ਵੱਲੋਂ ਫੰਡਡ ਦਾ ਫੈਡਰਲ ਗਵਰਨਮੈਂਟ ਵੱਲੋਂ ਹੈ ਪਰ ਜਿਹਦਾ ਉਹਨੇ ਫੰਡਾਂ ਦਾ ਫਾਇਦਾ ਉਠਾਇਆ ਹੈ ਉਹਨਾਂ ਬੰਦਿਆਂ ਦੇ ਕੋਈ ਨਿਸ਼ਚਿਤ ਉਦੇਸ਼ ਹੈ ਉਹ ਬੰਦੇ ਕੋਈ ਗੋਰੇ ਨਹੀਂ ਉਹ ਸਾਡੇ ਨੇਤੋਂ ਦੇ। ਉਹ ਕੁਝ ਪ੍ਰੋਫੈਸਰ ਨੇ ਯੂਨੀਵਰਸਿਟੀਆਂ ਦੇ ਨਾਮੀ ਚੰਗੀਆਂ ਡਿਗਰੀਆਂ ਜਿਨ੍ਹਾਂ ਕੋਲ ਚੰਗਾ ਨਾਂ ਹੈ। ਉਹਨਾਂ ਨੇ ਉਹ ਐਗਜ਼ੀਬਿਸ਼ਨ ਪਲਾਨ ਕੀਤੀ ਹੈ ਤੇ ਉਹ ਲਾਈ ਹੈ। ਉਸ ਐਗਜ਼ੀਬਿਸ਼ਨ ਦੇ ਵਿੱਚ ਇੱਕ ਚਮਕੀਲਾ ਵੀ ਜ਼ਾਇਆ ਹੋਇਆ ਚਮਕੀਲਾ ਫਿਲਮ ਦੀ ਜਿਹਦੇ 'ਚ ਇਹ ਕਿਹਾ ਹੋਇਆ ਤੁਸੀਂ ਦੇਖੋ ਮਤਲਬ ਕਿ ਜਿਹੜੀ ਅਮਰਜੋਤ ਕੌਰ ਹੈ ਉਹ ਜੱਟਾਂ ਦੀ ਧੀ ਸੀ। ਇਸ ਕਰਕੇ ਜੱਟਾਂ ਨੇ ਕਿ ਮੁਕੀਲਾ ਮਾਰਦਾ ਹਰ ਗੱਲ ਨੂੰ ਖਿੱਚ ਕੇ ਸਿੱਖੀ ਨੂੰ ਢਾਹ ਲਾਉਣ ਵਾਸਤੇ ਤੇ ਜੱਟਾਂ ਨੂੰ ਟਾਰਗੇਟ ਕਰਨ ਵਾਸਤੇ ਕਿਵੇਂ ਤੱਥਾਂ ਨੂੰ ਤੋੜ ਮਰੋੜ ਕੇ ਵਿੰਗਵੜ ਪਾ ਕੇ ਕਿਵੇਂ ਉਹ ਕੀਤਾ ਜਾਂਦਾ ਹੈ ਹੁਣ ਇਹ ਕੋਈ ਅਪਵਾਦ ਨਹੀਂ ਕੋਈ ਐਕਸੈਪਸ਼ਨ ਜੇ ਉਂਝ ਉਹਨਾਂ ਤੋਂ ਕੋਈ ਗੱਲ ਹੋਗੀ ਇਹ ਵੱਡਾ ਪ੍ਰਜੈਕਟ ਚੱਲ ਰਿਹਾ ਹੈ ਆਡਾਡ ਰੂਪਾਂ ਚ ਆਡਾ ਢੰਗਾਂ ਦੇ ਨਾਲ ਕਿ ਲਹਿਰ ਨੂੰ ਟਾਰਗੇਟ ਕੀਤਾ ਜਾਵੇ ਜੱਟਾਂ ਨੂੰ ਟਾਰਗੇਟ ਕੀਤਾ ਜਾਵੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਵੇ ਤੇ ਅੱਜ ਦੀ ਡੇਟ ਚ ਜਿਹੜੇ ਦਲਤ ਆ ਉਹਨਾਂ ਨੂੰ ਕੋਆਪਟ ਕਰ ਲਿਆ ਜਾਵੇ ਆਪਦੇ ਨਾਲ ਇਹ ਮੋਦੀ ਦਾ ਐਸ ਇਲੈਕਸ਼ਨ ਚ ਪੰਜਾਬ ਚ ਵਿਸ਼ੇਸ਼ ਉਹਦਾ ਇੱਕ ਟੈਕਟਿਕਸ ਉਹਦਾ ਪੈਂਸੜਾ ਹੈ ਇਹ ਆ ਪਰਸ਼ੀ ਦੀ ਖਬਰ ਲੱਗੀ ਅੰਗਰੇਜ਼ੀ ਦੇ ਅਖਬਾਰ ਚ ਕਿ ਉਹਨਾਂ ਨੇ ਦੇਖ ਲਿਆ ਪਿਛਲੇ ਦਿਨੀ ਕਿਸਾਨ ਕਰ ਰਹੇ ਨੇ ਜਗਾ ਜਗਾ ਵਿਰੋਧ ਉਹ ਕਹਿੰਦੇ ਕਿਸਾਨਾਂ ਨਾਲ ਉਲਝੋ ਨਾ ਸਿੱਧੇ ਭੇੜਿਆਂ ਚ ਜਾਓ ਬਸ ਉਹ ਵਿਰੋਧ ਨੂੰ ਵਰਤੋ ਜੱਟ ਦਾ ਤੇ ਦਲਿਤ ਦਾ ਇਹ ਇਲੈਕਸ਼ਨ ਦੇ ਵਿੱਚ ਵੀ ਵਰਤਿਆ ਜਾ ਰਿਹਾ ਤੁਸੀਂ ਆਉਣ ਵਾਲੇ ਦਿਨਾਂ 'ਚ ਇਹਨੂੰ ਹੋਰ ਦੇਖੋਗੇ ਇਸ ਐਂਗਲ ਤੋਂ ਖਬਰਾਂ ਨੂੰ ਪੜੋ ਘਟਨਾਵਾਂ ਨੂੰ ਦੇਖੋ ਤੇ ਸਾਰੀ ਮਹਿਮ ਨੂੰ ਤੁਸੀਂ ਸਮਝਣ ਦੀ ਯਤਨ ਕਰੋ ਸੋ ਬਰਨਬੀ ਦੇ ਵਿੱਚ ਲੱਗੀ ਐਗਜ਼ੀਬੀਸ਼ਨ ਤੋਂ ਲੈ ਕੇ ਇੱਥੋਂ ਤੱਕ ਚਮਕੀਲੇ ਦੀ ਫਿਲਮ ਬਣਾਉਣ ਤੱਕ ਸੋ ਮੈਨੂੰ ਹੁਣ ਇਹ ਗੱਲ ਮੈਨੂੰ ਕਹਿਣਾ ਲੱਗਦਾ ਹੈ ਕਿ ਸ਼ਾਇਦ ਇੱਕ ਕੋਇਨਸੀਡੈਂਸ ਹੈ ਕਿ ਚਮਕੀਲੇ ਬਾਰੇ ਫਿਲਮ ਬਣ ਰਹੀ ਹੈ ਜਿਹਦੇ 'ਚ ਇਮਤiaz ਅਲੀ ਏ ਆਰ रहमान ਦੋਨੋ ਮੁਸਲਮਾਨ ਮੇਨ ਅਦਾਕਾਰ ਦਲਜੀਤ ਸਾਜੋ ਸਿੱਖ ਇਹ ਚੱਕਰ ਕੀ ਹੈ ਮਤਲਬ ਹੁਣ ਇਹ ਨਹੀਂ ਕਿ ਇਹਨਾਂ ਨੂੰ ਬਕਾਇਦਾ ਖਰੀਦ ਲਿਆ ਜੀ ਇਹ ਮੈਨੀਪੂਲੇਟ ਹੁੰਦੇ ਆ ਬੰਦੇ ਕਲਾਕਾਰ ਹੈ ਕੋਈ ਮਤਲਬ ਡਾਇਰੈਕਟਰ ਹੈ ਕੋਈ ਪ੍ਰੋਡਿਊਸਰ ਹੈ ਕੁਝ ਵੀ ਹੈ ਪੈਸਾ ਕਮਾਉਣਾ ਤੇ ਫੇਮ ਇਹ ਉਹਦੀ ਲੋੜ ਮਜਬੂਰੀ ਕਹਿ ਲੋ ਜਾਂ ਕਮਜ਼ੋਰੀ ਕੁਝ ਕਹਿ ਲੋ ਇਹਨੂੰ ਇਸ ਗੱਲ ਨੂੰ ਉਹ ਅਗਲੇ ਬੈਠੇ ਵੱਡੇ ਕਾਗਜ਼ ਇੰਨੇ ਸੂਖਮ ਲੈਵਲ ਤੇ ਮੈਨੀਪੂਲੇਟ ਕਰਦੇ ਨੇ ਬੰਦੇ ਨੂੰ ਖੁਦ ਨਹੀਂ ਪਤਾ ਲੱਗਦਾ ਮੈਂ ਕਿਵੇਂ ਵਰਤਿਆ ਜਾ ਰਿਹਾ